ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸੀ ਆਰ ਫਿਲਮ ਦੇ ਵਿੱਚ ਜਿਹੜੇ ਚੈਨਲ ਤੇ ਨਵੇਂ ਨੇ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਤੇ ਅੱਜ ਅਸੀਂ ਜਿਹੜੀ ਵੀਡੀਓ ਤੇ ਰਿਐਕਸ਼ਨ ਕਰਨ ਜਾ ਰਹੇ ਹਾਂ ਜੀ ਉਹ ਹੈਗੀ ਹੈ ਦੀਦਾਂ OST ਹੈ ਜੀ ਦੀਦਾਂ ਬਾਕੀ ਕਈ ਵਾਰ ਐ ਹੁੰਦਾ ਜੀ ਹੁਣ ਪ੍ਰੋਨਾਂਸ ਕਿਸੇ ਹੋਰ ਤਰੀਕੇ ਨਾਲ ਹੁੰਦਾ ਲਿਖਿਆ ਕਿਸੇ ਹੋਰ ਤਰੀਕੇ ਨਾਲ ਹੁੰਦਾ ਨਾ ਉਹ ਸਾਨੂੰ ਪਤਾ ਨਹੀਂ ਹੈਗਾ ਸਿੰਗਰ ਹੈਗਾ ਜੀ ਅਦਨਾਨ ਧੂਲ ਅਦਨਾਨ ਕੰਪੋਜ਼ਰ ਹੈ ਜੀ ਸੋਚ ਬੈਂਡ ਤੇ ਲਿਰਿਕ ਸੋਚ ਬੰਦਾ ਹੈ ਜੀ ਸੋਚ ਬੰਦ ਜਾਂ ਬੈਂਡ ਅਸ਼ਾਦ ਅਲੀ ਸ਼ਾਹ ਅਸ਼ਦ ਅਲੀ ਸ਼ਾਹ ਠੀਕ ਹੈ ਜੀ ਕਈ ਵਾਰ ਗਲਤ ਪ੍ਰੋਨਾਂਸ ਚਲੋ ਚਲੋ ਨਾਮ ਜੋ ਪ੍ਰੋਨਾਂਸ ਸਾਡੇ ਕੋਲ ਆ ਜੀ ਪ੍ਰੋਨਾਂਸੀਏਸ਼ਨ ਇਹ ਅੰਗਰੇਜ਼ੀ ਇਹ ਜੀ ਹੈ ਜੀ ਇਹ ਚ ਕਈ ਵਰਡ ਐਸੇ ਆ ਕਿ ਪ੍ਰੋਨਾਂਸ ਕੁਛ ਉੱਠਾ ਹੀ ਬਣ ਜਾਂਦਾ ਜੀ ਬੜਾ ਰਾਰਾ ਰਾੜੇ ਚ ਉਹ ਫਰਕ ਪੈ ਜਾਂਦਾ ਜੀ ਠੀਕ ਹੈ ਜੀ ਮੱਛਰ ਦਾ ਹੀ ਲੜ ਰਹੇ ਲੜਦਾ ਰਿਹਾ ਚੱਲ ਲੰਦੇ ਸਾਡੇ ਲੱਗਣੇ ਸ਼ੁਰੂ ਹੋ ਗਏ ਜਿਹੜੇ ਕੱਟ ਹੈ ਹਾਂ ਜੀ ਬਿਜਲੀ ਦੇ ਕੱਟ ਹਾਂ ਜੀ ਤੇ ਪੋਲਿਟਿਕਸ ਲੜਨ ਲੱਗ ਗਿਆ ਆਪਣੇ ਬਿਜਲੀ ਪਿੱਛੇ ਹਾਂ ਜੀ चलो करने Bye.
ਕਿੱਦਾਂ ਲੱਗਿਆ? ਵਧੀਆ ਸੌਂਗ, ਲੋਕੇਸ਼ਨ ਆ ਬੜੀ ਸਾਰੀ ਲੋਕੇਸ਼ਨ ਆ ਤੇ ਇਹਨਾਂ ਦੀ ਆਵਾਜ਼ ਸਿੰਗਰ ਦੀ ਜੀ ਬਹੁਤ ਸੋਹਣੀ ਸੀ ਜੀ, ਪਿੱਛੇ ਮਿਊਜ਼ਿਕ ਵੀ ਬਹੁਤ ਸੋਹਣਾ ਸੀ ਜੀ, ਬਹੁਤ ਸੋਹਣਾ ਸੀਗਾ ਕੱਲਾ ਢੋਲ ਜੇ ਤਾਂ ਟੁੱਪੜ 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 ਅੜਪ ਸੁਭਾਅ ਦੇ ਥੋੜਾ ਜਿਹਾ ਬੰਦੂਕ ਰੱਖਦਾ ਕੋਲ ਭਰ ਕੇ, ਲੱਗਦਾ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ ਤੇ ਜਿਵੇਂ ਉਹਦੀ ਮਾਂ ਨੂੰ ਵੀ ਹਨਾ ਜਿਵੇਂ ਪੈਰ ਤੋਂ ਪੜ ਕੇ ਖਿੱਚ ਰਹੇ ਨੇ, ਅੜਦੇ ਸੁਭਾਅ ਦਾ ਬਾਪੂ ਕੁਰਬਾਨ ਹੋਣਾ ਚਾਹੀਦਾ ਸੀ। ਮੈਂ ਕੁਰਬਾਨ ਕੀ ਓਐਸਟੀ ਦਾ ਨਾਮ ਹੀ ਹੈ ਜੀ ਨਾ, ਇਹਦਾ ਨਾ ਜਿਹੜਾ ਡਰਾਮਾ ਹੈ ਜੀ ਉਹਦਾ ਨਾਂ ਦੀਦਾ ਹੀ ਹੈ ਜੀ। ਮੇਰਾ ਕਹਿ ਕੁਰਬਾਨ ਹੋਣਾ ਚਾਹੀਦਾ ਸੀ ਮੇਰੇ ਪਾਪਾ ਦਾ ਨਾਮ, ਤਾਂ ਭਾਵੇਂ ਕੁਰਬਾਨ ਹੋਵੇ ਦੀਦਾ ਲੈਣ ਆਈ ਜਾਂਦਾ ਫਿਰ ਵੀ ਭਜਾ ਕੇ ਵੀ ਦੇ ਜਾਂਦਾ ਜੀ ਇੱਕ ਦੋ ਵਾਰੀ। ਵਧੀਆ ਸੀਗਾ ਜੀ, ਬਹੁਤ ਵਧੀਆ ਲੱਗਿਆ, ਮਤਲਬ ਲੋਕੇਸ਼ਨ ਬੜੀ ਵਧੀਆ ਲੱਗੀ ਲੋਕੇਸ਼ਨ ਜਿਵੇਂ ਉੱਪਰ ਦਿਖਾ ਲਈ ਸੀਗੇ ਸਾਈਡ ਤੇ ਉਹ ਜਦੋਂ ਮੈਨੂੰ ਤਾਂ ਝੀਲ ਵਾਲੀ ਬਹੁਤ ਸੋਹਣੀ ਲੱਗੀ, ਝੀਲ ਵਾਲੀ ਇੱਕ ਉਹ ਜਿਹੜਾ ਗੱਡੀ ਪਿੱਛੇ ਆ ਰਹੀ ਉਸ ਰੰਗ ਦੇ ਵਿੱਚ ਬਣਨਾ ਉਹ ਵੀ ਵਧੀਆ ਸੀਗਾ ਲੋਕੇਸ਼ਨ। ਤੇ ਇੱਕ ਜਿਵੇਂ ਉਹ ਉੱਥੇ ਪੱਥਰਾਂ ਨਾਲ ਉਹਨਾਂ ਨੇ ਚਾਰ ਦੀਵਾਰੀ ਬਣਾਈ ਸੀ ਵਿੱਚ ਬੈੜੀਆਂ ਜੀ ਖੜੀਆਂ ਸੀਗੀਆਂ ਹਨਾ, ਜਿੱਥੇ ਉਹ ਐ ਕਰਕੇ ਮਾਰਦਾ ਉਹਦੇ ਲੱਤ ਜੀ ਮਾਰਦਾ ਜਿੱਥੇ ਗਲਤ ਆ, ਸੰਗਲ ਨਾਲ ਬੰਨਣਾ ਚਾਹੀਦਾ। ਵੈਸੇ ਲੋਕੇਸ਼ਨ ਦੱਸੋ ਜੀ ਕਿਹੜੀ ਹੈ ਜੀ, ਇਹ ਕਸ਼ਮੀਰ ਦੀ ਆ ਕਿੱਥੇ ਦੀ ਆ ਨਾ, ਤੇ ਵਧੀਆ ਲੱਗਿਆ ਜੀ ਤੁਸੀਂ ਦੱਸੋ ਤੁਹਾਡਾ ਰਿਐਕਸ਼ਨ ਕਿਵੇਂ ਲੱਗਿਆ ਤੇ ਗੱਲਾਂ ਜੋ ਅਸੀਂ ਸਹੀ ਕਰ ਰਹੇ ਹਾਂ ਇਸ ਦੇ ਬਾਰੇ ਜਾਂ ਤੁਹਾਨੂੰ ਕਿਵੇਂ ਲੱਗ ਰਹੀਆਂ ਨੇ ਉਹ ਵੀ ਦੱਸੋ, ਠੀਕ ਹੈ ਜੀ? ਹਾਂਜੀ ਤੇ ਚੱਲੀਏ ਜੀ ਆਪਾਂ, ਚਲੋ ਠੀਕ ਹੈ, ਮਿਲਦੇ ਹਾਂ ਨੈਕਸਟ ਵੀਡੀਓ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।